ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਸਟੂਡੈਂਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ 'ਚ ਡਿਸਕਸ ਕਰਾਂਗੇ ਕਲਾਸ 8th ਦਾ ਮੈਥ ਦਾ ਇੰਪੋਰਟੈਂਟ ਸੈਂਪਲ ਪੇਪਰ ਇਹਦੇ ਵਿੱਚ ਅਸੀਂ ਇੰਗਲਿਸ਼ ਐਂਡ ਪੰਜਾਬੀ ਦੋਨੋਂ ਲੈਂਗੁਏਜ ਅਸੀਂ ਕਰਾਂਗੇ ਫਸਟ ਕੁਐਸਚਨ ਹੈ ਜੀ ਆਪਣੇ ਕੋਲ ਚੂਜ਼ ਦਾ ਕਰੈਕਟ ਆਪਸ਼ਨ ਫਰੋਮ ਦਾ ਫਾਲੋਇੰਗ ਕੁਐਸਚਨ ਵਾਟ ਇਜ਼ ਐਡਿਟਿਵ ਇਨਵਰਸ ਆਫ ਦਾ ਨੰਬਰ ਜੁੜਾਤਮਕ ਉਲਟ ਕੀ ਹੋਏਗਾ ਇਹਦਾ ਰਾਈਟ ਆਨਸਰ ਇਜ਼ 2.3 ਨੈਕਸਟ ਵਿਚ ਆਫ ਦਾ ਫਾਲੋਇੰਗ ਇਜ਼ ਦਾ ਕਮਿਊਨਿਟੀ ਪ੍ਰੋਪਰਟੀ ਇਨ ਆਰਡਰ ਆਫ ਐਡੀਸ਼ਨ ਇਹਦਾ ਆਨਸਰ ਹੋਊਗਾ ਜੀ ਆਪਸ਼ਨ ਨੰਬਰ ਬੀ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਏ ਪਲੱਸ ਬੀ ਇਜ਼ ਇਕਵਲ ਟੂ ਬੀ ਪਲੱਸ ਏ ਨੈਕਸਟ ਵਟ ਵਿਲ ਬੀ ਦਾ ਵੈਲਿਊ ਆਫ ਐਕਸ ਫੋਰ ਦਾ ਇਕੁਏਸ਼ਨ ਸਮੀਕਰਨ ਦਾ ਮੁੱਲ ਕੀ ਹੋਊਗਾ ਇਹਨੂੰ ਜੇ ਅਸੀਂ ਸੋਲਵ ਕਰਨਾ ਤਾਂ 2x ਇਹ x ਜਿਹੜਾ ਦੂਜੀ ਸਾਈਡ ਆ ਜਾਊਗਾ ਆਪਣੇ ਕੋਲ ਮਾਈਨਸ ਦਾ ਹੋ ਜਾਊਗਾ ਇਜ਼ ਇਕਵਲ ਟੂ 5 ਆਪਣੀ ਜਗ੍ਹਾ ਤੇ ਇਹ ਮਾਈਨਸ 1 ਦੂਜੀ ਸਾਈਡ ਜਾਊਗਾ ਤਾਂ ਕੀ ਹੋ ਜਾਊਗਾ ਆਪਣੇ ਕੋਲ ਪਲੱਸ ਦਾ ਹੋ ਜਾਏਗਾ ਸੋ x ਇਜ਼ ਇਕਵਲ ਟੂ 6 ਇਹ ਆਪਣੇ ਕੋਲ ਰਾਈਟ ਆਨਸਰ ਆ ਜਾਏਗਾ ਨੈਕਸਟ ਵਾਟ ਇਜ਼ ਦਾ ਅਪਰ ਕਲਾਸ ਲਿਮਟ ਇਨ ਦਾ ਕਲਾਸ ਇੰਟਰਵਲ ਉੱਪਰਲੀ ਸੀਮਾ ਕੀ ਹੋਊਗੀ ਵਰਕ ਅੰਦਾਜ਼ ਦੇ ਵਿੱਚ ਇਹ ਹੈ ਜੀ ਆਪਣੇ ਕੋਲ ਲੋਅਰ ਲਿਮਟ ਯਾਨੀ ਹੇਠਲੀ ਸੀਮਾ ਇਹ ਆਪਣੇ ਕੋਲ ਉੱਪਰਲੀ ਸੀਮਾ ਅਪਰ ਕਲਾਸ 810 ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਬੀ ਨੈਕਸਟ ਹੈ ਜੀ ਆਪਣੇ ਕੋਲ ਇਹਨੂੰ ਪਲੱਸ ਕਰਨ ਲਈ ਆਪਾਂ ਕੀ ਕਰਨਾ ਇਹਨਾਂ ਨੂੰ ਗਿਣ ਲੈਣਾ ਪਹਿਲਾਂ ਕਿੰਨੇ ਡਿਜਿਟ ਨੇ ਇਹ 1 2 3 4 5 6 7 8 ਆਪਣੇ ਕੋਲ 8 ਡਿਜਿਟ ਨੇ ਤਾਂ ਆਪਾਂ ਕੀ ਕਰਾਂਗੇ 8 ਦਾ ਸਕੁਅਰ ਕਰ ਦਾਂਗੇ ਉਹੀ ਇਹਨਾਂ ਨੂੰ ਪਲੱਸ ਕਰਕੇ ਆਨਸਰ ਆਊਗਾ 64 ਨੈਕਸਟ ਵਿਚ ਆਫ ਦਾ ਫਾਲੋਇੰਗ ਕੈਨ ਨਾਟ ਬੀ ਅ ਪਰਫੈਕਟ ਸਕੁਅਰ ਕਿਹੜਾ ਇਹਦੇ ਚ ਪਰਫੈਕਟ ਸਕੁਅਰ ਨਹੀਂ ਆ 625 ਜਿਹੜਾ ਇਹ 25 ਦਾ ਸਕੁਅਰ ਹੈ 729 27 ਦਾ ਸਕੁਅਰ ਹੈ ਇਹਦੇ ਵਿੱਚ ਵੀ ਕੁਐਸਚਨ 'ਚ ਮਿਸਟੇਕ ਆ ਕਿਉਂਕਿ 141 ਵੀ ਕਿਸੇ ਦਾ ਸਕੁਅਰ ਨਹੀਂ ਹੈਗਾ ਤੇ 728 ਵੀ ਕਿਸੇ ਦਾ ਸਕੁਅਰ ਨਹੀਂ ਸੋ ਜਾਂ ਤਾਂ ਇੱਥੇ 121 ਹੁੰਦਾ ਫਿਰ ਇਹ 11 ਦਾ ਸਕੁਅਰ ਹੋ ਜਾਣਾ ਸੀਗਾ ਤੇ ਰਾਈਟ ਆਨਸਰ ਆਪਣੇ ਕੋਲ 728 ਬਣ ਜਾਣਾ ਸੀਗਾ ਜਾਂ ਫਿਰ ਇੱਥੇ ਕੁਝ ਹੋਰ ਹੁੰਦਾ ਪਰ ਜਦੋਂ ਵੀ ਤੁਸੀਂ ਮਤਲਬ ਕਿ ਪਰਫੈਕਟ ਸਕੁਅਰ ਦੀ ਗੱਲ ਦੇਖਣੀ ਹੁੰਦੀ ਆ ਤਾਂ ਤੁਸੀਂ ਇਹੀ ਦੇਖਣਾ ਕਿ ਕਿਹੜਾ ਐਸਾ ਡਿਜਿਟ ਹੈ ਜਿਹਨੂੰ ਉਹਦੇ ਨਾਲ ਹੀ ਮਲਟੀਪਲਾਈ ਕਰਕੇ ਆਪਣੇ ਕੋਲ ਉਹੀ ਆਨਸਰ ਬਣ ਜਾਂਦਾ ਜੋ ਸਾਨੂੰ ਪੁੱਛਿਆ ਜਿਵੇਂ ਇੱਥੇ 625 ਹੈ ਤਾਂ 25 ਐਸਾ ਡਿਜਿਟ ਹੈ ਜਿਸ ਨੂੰ 25 ਦੇ ਨਾਲ ਹੀ ਮਲਟੀਪਲਾਈ ਕਰਨ ਦੇ ਨਾਲ ਆਪਣੇ ਕੋਲ ਆਨਸਰ ਬਣ ਜਾਂਦਾ 625 ਜਦੋਂ ਮੈਂ ਇਸ ਤਰ੍ਹਾਂ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਹਦਾ ਫੈਕਟਰਾਈਜ਼ ਬਣਾ ਸਕਦੇ ਹੋ ਤੁਸੀਂ ਇਹਦੇ ਜਿਸ ਤਰ੍ਹਾਂ 625 ਆ ਇਹਨੂੰ 5 ਤੇ ਡਿਵਾਈਡ ਕਰ ਦਾਂਗੇ ਪਹਿਲਾਂ ਇਸ ਤਰ੍ਹਾਂ ਦਾ ਫੈਕਟਰਾਈਜ਼ ਕਰਕੇ ਇਹਦੇ ਜੋ ਪੇਅਰ ਜਿਹੜੇ ਨੇ ਅਸੀਂ ਬਾਹਰ ਕੱਢ ਲੈਣੇ ਹੁੰਦੇ ਆ ਜਿਸ ਤਰ੍ਹਾਂ ਦੋ ਪੇਅਰ ਬਣ ਗਏ ਇੱਕ 5 ਇਦਾਂ ਆ ਗਿਆ ਬਾਹਰ ਇੱਕ ਇੱਥੇ ਆ ਗਿਆ ਦੈਨ ਮਲਟੀਪਲਾਈ ਕਰਕੇ ਆਨਸਰ ਬਣ ਗਿਆ ਆਪਣੇ ਕੋਲ 25 ਨੈਕਸਟ ਆਪਣੇ ਕੋਲ ਸਟੇਟ ਦਾ ਨੰਬਰ ਆਫ ਡਿਜਿਟਸ ਇਨ ਦਾ ਸਕੁਅਰ ਰੂਟ ਆਫ ਇਹ ਕਿਸ ਦਾ ਸਕੁਅਰ ਰੂਟ ਆ ਪਹਿਲਾਂ ਤਾਂ ਅਸੀਂ ਇਹ ਦੇਖਾਂਗੇ ਇਹਨੂੰ ਦੇਖਣ ਲਈ ਵੀ ਤੁਸੀਂ ਕੀ ਕਰ ਸਕਦੇ ਹੋ ਇਸੇ ਤਰੀਕੇ ਨਾਲ ਜਿਹੜਾ ਇਹਦਾ ਫੈਕਟਰਾਈਜ਼ ਬਣਾ ਸਕਦੇ ਹੋ ਇਸ ਨੂੰ ਸੋ ਇਹ ਹੈ ਜੀ ਆਪਣੇ ਕੋਲ 432 ਦਾ ਸਕੁਅਰ 432 ਦਾ ਵਰਗਮੂਲ ਆ ਇਹ ਇਹਦੇ ਵਿੱਚ ਕਿੰਨੇ ਡਿਜਿਟ ਨੇ 3 ਨੇ ਸੋ ਰਾਈਟ ਆਨਸਰ ਹੋ ਜਾਊਗਾ ਇਹਦਾ ਵੀ ਦਾ 3 ਨੈਕਸਟ ਯੂਨਿਟ ਡਿਜਿਟ ਇਨ ਦਾ ਕਿਊਬ ਆਫ 7 ਯੂਨਿਟ ਡਿਜਿਟ ਮੀਨਸ ਇਕਾਈ ਅੰਕ ਮਤਲਬ ਕਿ ਪਹਿਲਾਂ 7 ਦਾ ਅਸੀਂ ਕਿਊਬ ਦੇਖਾਂਗੇ 7 ਦਾ ਕਿਊਬ ਕਿੰਨਾ ਹੁੰਦਾ ਆਪਣੇ ਕੋਲ 7 ਮਲਟੀਪਲਾਈ 7 ਮਲਟੀਪਲਾਈ 7 ਇਹਦਾ ਬਣ ਜਾਊਗਾ ਸਾਡੇ ਕੋਲ 343 ਸੋ ਯੂਨਿਟ ਡਿਜਿਟ ਮਤਲਬ ਕਿ ਇਕਾਈ ਅੰਕ ਕਿਹੜਾ ਹੁੰਦਾ ਜਿਹੜਾ ਇਹ ਸਭ ਤੋਂ ਪਹਿਲੇ ਨੰਬਰ ਤੇ ਲਿਖਿਆ ਹੁੰਦਾ ਸੋ ਰਾਈਟ ਆਨਸਰ ਹੋ ਜਾਊਗਾ ਆਪਣੇ ਕੋਲ ਆਪਸ਼ਨ ਨੰਬਰ ਬੀ 3 ਨੈਕਸਟ ਹੈ ਜੀ ਆਪਣੇ ਕੋਲ ਸਬਟ੍ਰੈਕਟ ਫਰੋਮ -5/12 ਟੂ -3/4 ਸੋ ਇਹਦੇ ਵਿੱਚ ਕੀ ਆ ਜਿਹੜਾ ਆਪਣੇ ਕੋਲ ਫਰੋਮ ਤੋਂ ਫਰੋਮ ਦਾ ਮਤਲਬ ਕੀ ਆ ਕਿ ਜਿਹੜਾ ਆਪਣੇ ਕੋਲੇ ਬਾਅਦ ਵਿੱਚ ਦਿੱਤਾ ਇਹਨੂੰ ਪਹਿਲਾਂ ਲਿਖਣਾ ਆਪਾਂ ਜਿੱਦਾਂ -3/4 ਫਿਰ -5/12 ਫਿਰ ਆਪਾਂ ਇਹਨੂੰ ਅੱਗੇ ਸੋਲਵ ਕਰ ਲਾਂਗੇ -3/4 -+5/12 ਇਹਦਾ ਐਲਸੀਅਮ ਲੈ ਲਾਂਗੇ ਐਲਸੀਅਮ ਆਪਣੇ ਕੋਲ ਆ ਜਾਊਗਾ 12 ਸੋ 4 ਦੇ ਟੇਬਲ ਤੇ ਦੇਖਣਾ 12 ਕਿੱਥੇ ਆਉਂਦਾ ਹੈ 3 ਤੇ 3 ਨੂੰ ਉੱਪਰ ਆਇਆ ਨਾ ਮਲਟੀਪਲਾਈ ਕਰਨਾ ਹੈ 3 ਦਾ 9 ਨਾਲ ਮਾਈਨਸ ਲੱਗਿਆ ਇੱਥੇ ਲਗਾ ਦੇਣਾ ਮਾਈਨਸ ਫਿਰ 12 ਦੇ ਟੇਬਲ ਤੇ 12 ਕਿੱਥੇ ਆਇਆ 1 ਤੇ 1 ਨੂੰ ਉੱਪਰ ਆਇਆ ਨਾ ਮਲਟੀਪਲਾਈ ਕੀਤਾ 1 ਮਲਟੀਪਲਾਈ 5 5 ਆ ਗਿਆ ਸਾਈਨ ਜੋ ਵਿੱਚ ਲੱਗਿਆ ਅਸੀਂ ਉਹੀ ਲਗਾ ਦੇਣਾ ਪਲੱਸ ਮਾਈਨਸ ਮਾਈਨਸ ਆਨਸਰ ਆ ਜਾਊਗਾ ਆਪਣੇ ਕੋਲ -4/12 ਕਿਉਂਕਿ ਵੱਡੇ ਅੱਗੇ ਸਾਈਨ ਜਿਹੜਾ ਉਹ ਮਾਈਨਸ ਹੈ ਸੋ ਕਟਿੰਗ ਕਰਕੇ ਆਪਣੇ ਕੋਲ ਆਨਸਰ ਆ ਗਿਆ -1/3 ਨੈਕਸਟ ਆਪਣੇ ਕੋਲ ਫਾਈਂਡ ਐਕਸ ਐਂਡ ਵਾਈ ਇਨ ਦਾ ਫਾਲੋਇੰਗ ਪੈਰਲਾਗ੍ਰਾਮ ਇਹਦੀ ਪੰਜਾਬੀ ਵਿੱਚ ਵੀ ਦੇਖ ਲੈਂਦੇ ਅਸੀਂ ਇਹਦੇ ਵਿੱਚ ਵੀ ਤੇ ਕੁਐਸਚਨ ਦੇ ਮਿਸਟੇਕ ਹੈ ਆਪਣੇ ਕੋਲ ਇਸ ਸਾਈਡ 5x ਐਂਡ 15 ਜਿਹੜਾ ਲਿਖ ਕੇ ਇਹ ਕੁਐਸਚਨ ਕੰਪਲੀਟ ਬਣਦਾ ਫਿਰ ਆਪਾਂ ਇਹਦਾ ਆਨਸਰ ਦੇਖਦੇ ਹਾਂ ਪੰਜਾਬੀ 'ਚ ਹੇਠ ਦਿੱਤੀਆਂ ਸਮਾਨਾਂਤਰ ਚਤੁਰਭੁਜਾਂ ਵਿੱਚ ਐਕਸ ਐਂਡ ਵਾਈ ਦਾ ਮੁੱਲ ਪਤਾ ਕਰਨਾ ਤੁਸੀਂ ਸੋ ABCD ਇੱਕ ਸਮਾਨਾਂਤਰ ਚਤੁਰਭੁਜ ਹੈ ABCD ਇਜ਼ ਅ ਪੈਰਲਾਗ੍ਰਾਮ ਜਿਹਦੇ ਵਿੱਚ AB=CD ਐਂਡ BC=AD AB ਦੀ ਵੈਲਿਊ ਆਪਣੇ ਕੋਲ 16 CD ਦੀ ਵੈਲਿਊ 4y 4 ਨੀਚੇ ਚਲੇ ਗਿਆ ਆਪਣੇ ਕੋਲ y ਦੀ ਵੈਲਿਊ ਆ ਗਈ ਇਹਦੀ ਕਟਿੰਗ ਕਰਕੇ 4 ਨੈਕਸਟ ਫਿਰ BC=AD ਆ BC ਸਾਈਡ ਜਿਹੜੀ ਆ ਉਹ AD ਦੇ ਇਕੁਅਲ ਆ ਸੋ ਇਸੇ ਤਰੀਕੇ ਨਾਲ ਫਿਰ x ਦੀ ਵੈਲਿਊ ਨਿਕਲ ਆਊਗੀ ਆਪਣੇ ਕੋਲ 3 ਨੈਕਸਟ ਆਪਣੇ ਕੋਲ ਇੱਕ ਸਮਾਨਾਂਤਰ ਚਤੁਰਭੁਜ ਦੇ ਦੋ ਲਾਗਮੇ ਕੋਣਾਂ ਦਾ ਅਨੁਪਾਤ 4:5 ਹੈ
इस दे सारे कोणों का माप पता करो, सो अनुपात यानी रेशो 4:5 एंगल्स हो जाएंगे ये 4x एंड 5x। जो भी रेशो की गल आती असी एक्स मान लेना इतने, दैन समान अंतर चतुर्भुज के लागवें कोणों का जोड़ 180 डिग्री होंगे। सम ऑफ एडजस्टेंट एंगल ऑफ पैरलग्राम इज 180। एडजस्टेंट एंगल केड़े होंगे आ, यानी ए वाला एंगल एंड नाल ए वाला एंगल, ये कोई भी जो दो एंगल होंगे इन्हों का जोड़ जोड़ा है सम जोड़ा है वह 180 डिग्री से होंगे। नैक्सट एंगल ए प्लस बी इज इकल टू 180 डिग्री, 4x + 5x इज इकल टू 180 प्लस करके 9x 180, 9 थले चले गया, एक्स की वैल्यू आजगी कटिंग करके अपने को 20। दैन एंगल ए इज इकल टू 4x, एक्स की जगह से जी वैल्यू आई 20 इतने पुट कर देनी है, पुट करके अपने को आंसर आजगा 80 डिग्री। सो इसे तरीके एंगल बी की वैल्यू आजगी 100 डिग्री। सो एंगल ए इक्वल एंगल सी, यानी ये वाला एंगल ए एंड इक्वल एंगल सी है, ये क्यों है क्योंकि सन्मुख कोण बराबर होंगे ने, ओपोजिट एंगल और पैरलग्राम आर इक्वल। एंगल बी इक्वल एंगल डी, इसे तरीके एंगल बी जो एंगल डी दे इक्वल है, तो एंगल ए की वैल्यू अपने को 80 डिग्री, तो सी की भी वैल्यू होगी फिर 80 डिग्री, बी की वैल्यू है 100, तो डी की भी होगी अपने को 100। नैक्सट अपने को पैरलग्राम एंगल बी इज इकल टू 105, फाइंड द मेजर ऑफ इट्स रिमेनिंग एंगल। ये जी पिक्चर बनती है वह जिस तरह बी ई एस टी यानी बेस्ट बन गया। सो बेस्ट एक समान अंतर चतुर्भुज है, बेस्ट इज द पैरलग्राम। एंगल बी प्लस एंगल ई इज इकल टू 180 डिग्री, और एडजस्टेंट एंगल हो गए ही दो लागवें कोणों का जोड़ 180 डिग्री। सम ऑफ एडजस्टेंट एंगल्स ऑफ पैरेलोग्राम इज 180 डिग्री। एंगल बी की वैल्यू इतने लिखती है 105 डिग्री प्लस एंगल ई 105 नो उधर लै गए माइनस हो गया, अपने को एंगल ई की वैल्यू आ गई 75 डिग्री। सो इस तरीके एंगल बी इक्वल एंगल एस दे, आ जो एंगल बी है ये एंगल एस दे इक्वल है, क्यों है क्योंकि ओपोजिट एंगल और पैरलग्राम इक्वल, सन्मुख कोण जिहड़े ने बराबर हुंदे ने। एंगल ई इक्वल एंगल टी, सो इसे तरीके एंगल ई एंगल टी दे इक्वल है। दैन एंगल बी इक्वल 105 डिग्री, तो एंगल एस जिहड़ा हैगा वह भी 105 डिग्री हो गया क्योंकि ओपोजिट एंगल आर इक्वल। सो इसे तरीके एंगल ई 75 है, तो टी भी जिहड़ा वह 75 डिग्री हो। नैक्सट अपने को फाइंड द सम ऑफ द फॉलोइंग विदाउट डूइंग एक्चुअल एडिशन। मेरा सिंपल पता ही है तुहानू, 1, 2, 3, 4, 5 जो 5 है तो असीं 5 का स्केयर कर देना, आंसर साढ़े को 25 आजूगा। नैक्सट इसे तरीके बी दे विच किन्ने डिजिट है, 1, 2, 3, 4, 5, 6, 7, 8, 9, 10, 11, 12, 13। 13 का स्केयर कर देंगे अभी, आंसर आ जाएगा साढ़े को 169। नेक्स्ट फाइंड द क्यूब रूट ऑफ द फॉलोइंग 5, 8, 3, 2। सो यह एलसीएम लैके असं जो क्यूब जो अभी कर सकते हैं, 2 से डिवाइड करा तो पहला 2, 9, 1, 6 आ जाएगा, फिर 2 से किया 1, 4, 5, 8, अगेन 2 से किया 7, 2, 9, फिर इस 3 से किया, 3 से किमें पता लगेगा साढ़े को, जे 3 से देखना होंगे तो तुम इन जिमें 7, 2, 9 है ये प्लस करके देख लिया करो डिजिटेबल है, 9 से 2 11, 11 से 7 18, जिन्होंने प्लस करके जो भी नंबर आता जे वो 3 के टेबल च आ रहा है, इट मीनस की आ कि 7, 2, 9 भी जो फिर 3 के टेबल से जरूर जाऊगा। सो यह आंसर आजगा इतने 243, फिर 3 से करा अपने को जूगा 81, फिर 3 से करा 27, फिर 3 से 9, फिर 3 से 3, लास्ट 3 का 1। सो ये क्यूब की गल कही है तो अभी 3-3 के पेयर बना लेने, एक पेयर बन गया अपने को वाला, एक 3 का सैकेंड 3 का ए वाला, इन बाहर कड़ लेंगे 2, 3 एंड ए चो भी आ गया 3। सो 3 मल्टीप्लाई 3 हो गया अपने को 9, 9 2 18। फिर मतलब की है कि 18 का यह जरा क्यूब है ये, इट मीनस की होया 18 मल्टीप्लाई 18 का आंसर अपने को 5, 8, 3, 2 आऊगा। सो यह तरीके करके देखना 8, 5, 1, 8, 4 यह आंसर आएगा अपने को 44। नैक्सट अपने को मैचिंग कॉलम 1, जे अपने को देखो ए एम डिवाइड ए एन, जे डिवाइड आ जाऊगा फिर अपने को जिहड़ियां पावर ने की हो जाएगियां वो माइनस हो जाएगियां। सो राइट आंसर इहदा हो जाऊगा ऑप्शन नंबर सी, जैसा मल्टीप्लाई की फॉर्म च आ जाए फिर असीं लिख सकते हैं ऑप्शन नंबर डी, मल्टीप्लाई विच आ गया तो पावर की हो जाएगियां प्लस, सो राइट आंसर ऑप्शन नंबर बी। सो डिग्री जिहड़ी आ जीरो किसी दे भी आ जाए तो ऑप्शन हमेशा की बन जूगा आंसर 1। नैक्सट अपने को कंस्ट्रक्टर फ्रीकुएंसी टेबल ऑफ द डाटा फॉर द वेट इन किलोग्राम 20 स्टूडेंट ऑफ ए क्लास यूजिंग द स्क्वेयर इंटर 30 to 35। सो इस तरीके का तुसी टेबल बना लेना, बारंबार का सारनी फ्रीक्वेंसी डिस्ट्रीब्यूशन 30 to 35 है ना, देख लेने किन्ने है 3 है, तो फिर इतने लाइना जिहड़ियां 3 मार देनियां
पांच दी निशानी याद रखनी है कि चार लाइना मार के बीच एक लाइन कट देनी है, तो मतलब की होंगे पांच। सो ये तरीके करके तुसी आंसर आ जाऊगा तुहाडे कोल प्लस करके 20। नेक्स्ट ओर दे विच अपने कोल यानी जा दे विच द गिवन पाई चार्ट शोज द मार्क्स अटेंड बाय 40 स्टूडेंट ऑफ ए क्लास। एक क्लास दे विच कहिंदा 46 स्टूडेंट ने लुक एट द स्क्वेयर डायग्राम एंड आंसर द फॉलोइंग क्वेश्चन। एंड तुसी नीचे जिहड़े क्वेश्चन ने उन्हां दा आंसर देना है। इहनूं आपां पंजाबी विच भी देख लैंदे हां। इस तरह तुहानूं उत्थे ग्राफ दित्ता होऊगा, कहिंदा 46 विद्यार्थियों द्वारा प्राप्त अंकों को यह दर्शा रहा है। आयत चित्र को देखो तो हेठ लिखे प्रश्नों के उत्तर दो। पहला अपने को वर्ग अंतराल का माप की है, व्हाट इज द क्लास साइज। फिर देखो इतने की है जी 10, 20, 30, 40 यानी 10-10 का गैप है ये। सो वर्ग अंतराल हो जाऊगा अपने को 10। इंग्लिश कहने क्लास साइज। नेक्स्ट किन्ने विद्यार्थी ने 20 तो घट अंक प्राप्त किए, हाउ मैनी स्टूडेंट अपटेन्ड लैस दैन 20 मार्क्स। 20 तो घट अपने को बनते हैं जी 10। सो 10 वाला जो टेबल जा रहा अपने को कितने जाता है 6 तक। सो आंसर हो जाऊगा यदा 6। नेक्स्ट क्वेश्चन है किन्ने विद्यार्थियों ने 30 तो वे 60 तो घट अंक प्राप्त किए, हाउ मैनी स्टूडेंट अपटेन 30 और मोर मार्क्स बट लैस दैन 60। 30 तो बाद यानी अपने को एक बनूगा यह 40 वाला, एक बन जूगा 50 वाला। सो 40 देख लेने किन्ने 8 ते 50 दे हैगे अपने कोल 4 यानी 8 और 4 नूं असीं प्लस कर दांगे तां आंसर बन जूगा साडे कोल 12। नेक्स्ट अपने कोल ड्रा पाई चार्ट फॉर द फॉलोइंग। तुहानूं इस तरह ग्राफ जिहड़ा कॉलम बना के दित्ता होगा ਇਹਦਾ ਪਾਈ ਚਾਰਟ ਬਣਾਉਣਾ। ਤੁਸੀਂ ਪਾਈ ਚਾਰਟ ਬਣਾਉਣ ਲਈ ਪਹਿਲਾਂ ਆਪਾਂ ਸੈਂਟਰ ਐਂਗਲ ਕੱਢਣਾ ਹੁੰਦਾ। ਨੰਬਰ ਆਫ ਸਟੂਡੈਂਟ ਹੈਗੇ ਆਪਣੇ ਕੋਲ 1000, ਟੋਟਲ ਹੈਗੇ ਆਪਣੇ ਕੋਲ 3600। ਸੋ 1000 ਉੱਪਰ 3600 ਨੀਚੇ ਰੱਖ ਕੇ ਮਲਟੀਪਲਾਈ 360 ਨਾਲ ਕਰਕੇ ਕਟਿੰਗ ਕਰਕੇ ਸਾਡੇ ਕੋਲ ਆਂਸਰ ਆ ਜਾਊਗਾ 100°। ਫਿਰ ਨੈਕਸਟ ਆਪਣੇ ਕੋਲ 120, ਫਿਰ 65, ਫਿਰ 45। ਇਸ ਤਰ੍ਹਾਂ ਤੁਸੀਂ ਪਹਿਲਾਂ ਇਹ ਡਿਗਰੀਆਂ ਜਿਹੜੀਆਂ ਕੱਢਣੀਆਂ, ਲਾਸਟ ਵਿੱਚ 30°। ਫਿਰ ਇਸ ਤਰੀਕੇ ਦਾ ਪਾਈ ਚਾਰਟ ਜਿਹੜਾ ਤੁਸੀਂ ਉੱਥੇ ਬਣਾ ਦੇਣਾ। ਡਿਗਰੀ ਦੇ ਹਿਸਾਬ ਨਾਲ ਜੇ 120°, ਉਹਦਾ ਉਨਾ ਹੀ ਜਿਹੜਾ ਖਾਂਦਾ ਵੱਡਾ, 100° ਦਾ ਥੋੜਾ ਛੋਟਾ, 65 ਦਾ ਉਸ ਤੋਂ ਛੋਟਾ, 45 ਦਾ ਉਸ ਤੋਂ ਛੋਟਾ, ਐਂਡ 30 ਦਾ ਸਾਰਿਆਂ ਨਾਲੋਂ ਛੋਟਾ। ਜਿਹੜੇ ਜਿਹੜੇ ਮਤਲਬ ਕਿ ਨੰਬਰ ਉਸ ਹਿਸਾਬ ਨਾਲ ਆ ਰਹੇ ਆ, ਤਾਂ ਆਰਟਸ ਦੇ ਵਿੱਚ 120° ਆਇਆ ਆਰਟਸ ਨਾਲ, ਫਿਰ ਇੱਥੇ ਬਾਹਰ ਆਰਟਸ ਲਿਖ ਦੇਣਾ। ਇਸੇ ਤਰੀਕੇ ਨਾਲ ਇੱਥੇ ਬਾਹਰ ਸਾਇੰਸ, ਫਿਰ ਐਜੂਕੇਸ਼ਨ, ਲਾਅ ਐਂਡ ਕਮਰਸ। ਨੈਕਸਟ ਆਪਣੇ ਕੋਲ ਦਾ ਗਿਵਨ ਪਾਈ ਚਾਰਟ ਸ਼ੋਜ਼ ਦਾ ਐਨੂਅਲ ਐਗਰੀਕਲਚਰ ਪ੍ਰੋਡਕਸ਼ਨ ਬਾਈ ਐਨ ਇੰਡੀਅਨ ਸਟੇਟ। ਫਾਈਂਡ ਦਾ ਪ੍ਰੋਡਕਸ਼ਨ ਆਫ ਈਚ ਪ੍ਰੋਡਕਟ ਇਫ ਦਾ ਟੋਟਲ ਪ੍ਰੋਡਕਸ਼ਨ ਇਜ਼ 8100 ਟਨ। ਪੰਜਾਬੀ ਦੇਖ ਲੈਣਾ, ਕਹਿੰਦਾ ਦਿੱਤਾ ਗਿਆ ਪਾਈ ਚਾਰਟ ਇੱਕ ਭਾਰਤੀ ਰਾਜ ਦੁਆਰਾ ਸਾਲਾਨਾ ਖੇਤੀ ਉਤਪਾਦਨ ਨੂੰ ਦਰਸਾ ਰਿਹਾ ਹੈ। ਜੇਕਰ ਸਾਰੀਆਂ ਵਸਤੂਆਂ ਦਾ ਕੁੱਲ ਉਤਪਾਦਨ 8100 ਟਨ ਹੋਵੇ ਤਾਂ ਹਰੇਕ ਉਤਪਾਦ ਦਾ ਉਤਪਾਦਨ ਪਤਾ ਕਰੋ। ਸੋ ਪਹਿਲਾਂ ਇੱਦਾਂ ਦਾ ਕਾਲਮ ਜਿਹੜਾ ਬਣਾ ਲਾਂਗੇ ਆਪਾਂ ਇੱਥੇ ਐਗਰੀਕਲਚਰ ਪ੍ਰੋਡਕਸ਼ਨ, ਮੇਜ਼ ਯਾਨੀ ਮੱਕੀ, ਇਹਦਾ ਐਂਗਲ ਜਿਹੜਾ ਬਣਾ ਰਿਹਾ ਉੱਥੇ 30° ਦਾ। ਸੋ 30/360 ਮਲਟੀਪਲਾਈ ਜਿੰਨਾ ਤੁਹਾਨੂੰ ਕਿਹਾ ਉਹਨੇ ਤਾਂ 8100 ਟਨ ਕਿਹਾ, ਤਾਂ ਇੱਥੇ ਮਲਟੀਪਲਾਈ ਕਰ ਦੇਣਾ ਉਸਦੇ ਨਾਲ। ਸਾਰਿਆਂ ਦੇ ਵਿੱਚ ਇਹੀ ਚੀਜ਼ ਕਰਨੀ ਹੈ, ਜੇ 120 ਹੈ ਨੈਕਸਟ, ਉੱਥੇ ਵੀ ਫਿਰ ਅਪੋਨ 360 ਮਲਟੀਪਲਾਈ 8100 ਕਟਿੰਗ ਕਰਕੇ ਸਾਡੇ ਕੋਲ ਇਸ ਤਰ੍ਹਾਂ ਆਂਸਰ ਜਿਹੜੇ ਆਈ ਜਾਣਗੇ। ਨੀਚੇ ਇਹਨਾਂ ਨੇ ਪਲੱਸ ਕਰਕੇ ਆਪਣੇ ਕੋਲ ਬਣ ਜੂਗਾ 8100, ਔਰ ਡਿਗਰੀ ਜਿਹੜੀ ਹੈ ਹਮੇਸ਼ਾ 360° ਦੇ ਟੋਟਲ ਹੀ ਰਹੂਗੀ। ਨੈਕਸਟ ਲਾਸਟ ਵਿੱਚ ਆਪਣੇ ਕੋਲ ਸਿੰਪਲੀਫਾਈ, ਜਾਂ ਤੁਸੀਂ ਇਹ ਕੁਸ਼ਚਨ ਕਰ ਲਓ 3, ਕਹਿੰਦਾ ਜਾਂ ਤੁਸੀਂ ਇਹ ਵਾਲੇ 3 ਕਰ ਲਓ, ਇਹ ਵੀ ਦੇਖ ਲੈਂਦੇ ਆਪਾਂ। ਜੇ ਮਾਈਨਸ ਆ ਗਿਆ ਆਪਣੇ ਕੋਲ, ਦੇਖੋ ਪਾਵਰ ਦਾ ਕੀ ਹੁੰਦਾ, 1.5 ਹੋ ਜਾਂਦਾ, ਮਲਟੀਪਲਾਈ 1.6, ਫਿਰ ਮਲਟੀਪਲਾਈ 1.2, ਫਿਰ ਆਂਸਰ ਆ ਜਾਊਗਾ ਆਪਣੇ ਕੋਲ 1. ਨੈਕਸਟ ਜੇ ਦੇਖੋ ਪਾਵਰ ਮਾਈਨਸ ਹੈ, ਇਹ ਡਿਜਿਟ ਅਪੋਨ ਦੇ ਵਿੱਚ ਨੇ, ਫਿਰ ਜਿਹੜਾ 3 ਜਿਹੜਾ ਉੱਪਰ ਆ ਜਾਊਗਾ ਆਪਣੇ ਕੋਲ। ਇਸੇ ਤਰੀਕੇ ਨਾਲ ਇੱਥੇ 4 ਉੱਪਰ ਆ ਜਾਏਗਾ, ਫਿਰ 5 ਉੱਪਰ ਆ ਜਾਊਗਾ, ਪਲੱਸ ਕਰਕੇ ਸਾਡੇ ਕੋਲ ਆਂਸਰ ਆ ਜਾਊਗਾ 12। ਨੈਕਸਟ ਆਪਣੇ ਕੋਲ ਦੇਖੋ ਪਾਵਰ ਫਿਰ ਮਾਈਨਸ ਤੇ ਆਪਣਾ ਕਰਨਾ 1.8 ਮਲਟੀਪਲਾਈ 1.5 ਦਾ ਸਕੇਅਰ, ਇਹ ਕਿਉਂਕਿ ਜਿਹੜਾ 2 ਹੈ ਇਹਦੀ ਪਾਵਰ, ਫਿਰ ਨੀਚੇ 1.2 ਦੀ ਪਾਵਰ 3। ਇਹਨੂੰ ਪਹਿਲਾਂ ਇੱਦਾਂ ਹੀ ਸੋਲਵ ਕਰ ਲਾਂਗੇ, 1.8 ਅਪੋਨ 1.25 ਅਪੋਨ ਚ ਆ ਜਾਊਗਾ 1.8। ਫਿਰ ਤਰੀਕੇ ਨਾਲ 1.8 ਮਲਟੀਪਲਾਈ 1.25, ਜਦੋਂ ਵੈਲਿਊ ਜਿਹੜੀ ਨੀਚੇ ਵਾਲੀ ਉੱਪਰ ਆਉਂਦੀ ਹੈ, ਫਿਰ ਕੀ ਹੁੰਦਾ ਹੈ, ਰੈਸੀਪ੍ਰੋਕਲ ਹੋ ਜਾਂਦੀ ਹੈ, ਉੱਠੀ ਹੋ ਕੇ ਉੱਪਰ ਆਉਂਦੀ ਹੈ। ਸੋ 8.1, 8 ਨਾਲ 8 ਕੱਟਿਆ ਗਿਆ, ਆਪਣੇ ਕੋਲ ਆਂਸਰ ਕੀ ਬਚ ਗਿਆ 1.25। ਨੈਕਸਟ ਆਪਣੇ ਕੋਲ ਸਟੈਂਡਰਡ ਫੋਰਮ, ਇਹਦੇ 'ਚ ਅਸੀਂ ਕੀ ਕਰ ਲੈਣਾ, 8.5 ਮਲਟੀਪਲਾਈ 10 ਦੀ ਪਾਵਰ, ਜੇ ਪਿੱਛੇ ਜਾ ਰਹੀਆਂ ਜੀਰੋ, ਫਿਰ ਇੱਥੇ ਜਿਹੜੀ ਪਾਵਰ ਲਗਾਵਾਂਗੇ ਉਹ ਮਾਈਨਸ ਦੇ ਵਿੱਚ। ਨੈਕਸਟ ਆਪਣੇ ਕੋਲ 2.5000, ਸੋ 2.5 ਮਲਟੀਪਲਾਈ 10 ਦੀ ਪਾਵਰ 4। ਨੈਕਸਟ ਆਪਣੇ ਕੋਲ 3000, ਸੋ 3, ਸੋ ਇਸ ਨੂੰ ਲਿਖ ਲੈਣਾ 3.0 ਮਲਟੀਪਲਾਈ 10 ਦੀ ਪਾਵਰ 3। ਸੋ ਇਹ ਸੀ ਸਾਡੇ ਕੋਲ 8th ਕਲਾਸ ਦਾ ਮੈਥ ਦਾ ਇੰਪੋਰਟੈਂਟ ਸੈਂਪਲ ਪੇਪਰ। ਸੋ ਜੁੜੇ ਰਹੋ ਜੀ ਫਿਰ ਜਸਟ ਸਟੂਡੈਂਟ ਦੇ ਨਾਲ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।